ਅੱਜ ਇੱਕ ਬੜਾ ਅਹਿਮ ਸਵਾਲ ਆ ਕਿ ਜਿਹੜੀ ਦੇਸੀ ਘਿਓ ਦੇ ਨਾਲ ਜੋਤ ਜਗਾਈ ਜਾਂਦੀ, ਕੀ ਉਸ ਨੂੰ ਮੱਥਾ ਟੇਕਣਾ ਚਾਹੀਦਾ ਕਿ ਨਹੀਂ ਟੇਕਣਾ ਚਾਹੀਦਾ? ਇਹ ਜੋਤ ਕਿਉਂ ਬਾਲੀ ਜਾਂਦੀ, ਇਹਦੀ ਸ਼ੁਰੂਆਤ ਕਦੋਂ ਹੋਈ, ਕਿੰਜ ਹੋਈ ਤੇ ਕਿਉਂ ਹੋਈ? ਇਹ ਬਹੁਤ ਸਾਰੇ ਵੀਰਾਂ ਦੇ ਦਿਮਾਗ ਚ, ਜਿਹੜੇ ਚੰਗੇ ਵੀਰ ਨੇ ਸੂਝਵਾਨ ਤੁਹਾਡੇ ਵਰਗੇ, ਉਹਨਾਂ ਦੇ ਦਿਮਾਗ ਚ ਵਿਚਾਰ ਚੱਲਦਾ ਰਹਿੰਦਾ ਤੇ ਇਹਦੇ ਬਾਰੇ ਵੀ ਬਹੁਤ ਸਾਰੇ ਤੁਹਾਡੇ ਵਰਗੇ ਸੱਜਣ ਜਾਣਦੇ ਨੇ ਕਿ ਜਿਹੜਾ ਦੇਸੀ ਘਿਓ ਦੀ ਜੋਤ ਆ, ਇਹਦੀ ਖੋਜ ਜਿਹੜੀ ਆ ਪਿਛਲੇ ਸਮੇਂ ਚ ਹੋਈ। ਜਦੋਂ ਬਿਜਲੀ ਦਾ ਕੋਈ ਵੀ ਸਾਡੇ ਕੋਲੋਂ ਪ੍ਰਬੰਧ ਨਹੀਂ ਸੀ, ਅੱਜ ਤੋਂ ਕੁਝ ਸੈਂਕੜੇ ਸਾਲ ਪਿੱਛੇ ਚੱਲ ਜਾਈਏ ਜਾਂ 100 ਸਾਲ ਪਿੱਛੇ ਚੱਲ ਜਾਈਏ, ਤਾਂ ਉਦੋਂ ਘਰਾਂ ਵਿੱਚ ਰਾਤ ਨੂੰ ਰੋਸ਼ਨੀ ਕਰਨ ਲਈ ਦੋ ਤਰ੍ਹਾਂ ਦੀਆਂ ਹੀ ਚੀਜ਼ਾਂ ਵਰਤੀਆਂ ਜਾਂਦੀਆਂ ਸੀ, ਇੱਕ ਤੇ ਵੱਖ ਵੱਖ ਤੇਲ, ਇੱਕ ਦੇਸੀ ਘਿਓ। ਜਿਹੜਾ ਤੇਲ ਹੁੰਦੇ ਸਨ ਉਹ ਸਰੋਂ ਦੇ ਜਾਂ ਤੋਰੀਏ ਦੇ ਹੁੰਦੇ ਸੀ, ਕਹਿਣ ਤੋਂ ਭਾਵ ਸਰੋਂ ਜਾਂ ਤੋਰੀਆ, ਉਹਦਾ ਤੇਲ ਨਾਲ ਵੱਟੀ ਜਗਾ ਕੇ ਇੱਕ ਦੀਵਾ ਜਗਾਇਆ ਜਾਂਦਾ ਸੀ। ਤੇ ਜਦੋਂ ਦੀਵਾ ਜਗਾਇਆ ਜਾਂਦਾ ਸੀ ਤਾਂ ਉਹਦੇ ਨਾਲ ਕੀ ਹੁੰਦਾ ਸੀ ਕਿ ਹਾਨੀਕਾਰਕ ਗੈਸਾਂ ਨਿਕਲਦੀਆਂ ਸੀ, ਜਿਵੇਂ ਕਾਰਬਨ ਡਾਈਆਕਸਾਈਡ, ਕਾਲਖ। ਤੇ ਜਦੋਂ ਰਾਤ ਨੂੰ ਸਾਹ ਲੈਂਦੇ ਸੀ ਤਾਂ ਉਹ ਕਾਲਖ ਜਿਹੜੀ ਅੰਦਰ ਸਾਹ ਦੇ ਰਾਹੀਂ ਚਲੇ ਜਾਂਦੀ ਸੀ। ਦੂਸਰੀ ਗੱਲ, ਜਦੋਂ ਦੀਵਾ ਬਲਦਾ ਆ ਤਾਂ ਉਹਦੇ ਨਾਲ ਇੱਕ ਭੈੜੀ ਜਿਹੀ ਸੁਗੰਧ ਵੀ ਪੈਦਾ ਹੁੰਦੀ ਉਹਦੇ ਵਿੱਚੋਂ। ਦੂਸਰੇ ਪਾਸੇ ਉਹ ਲੋਕ ਜਿਨ੍ਹਾਂ ਦੇ ਘਰਾਂ ਵਿੱਚ ਦੇਸੀ ਘਿਓ ਸੀ, ਉਹਨਾਂ ਨੇ ਦੇਸੀ ਘਿਓ ਦੀਆਂ ਦੀਵੇ ਜਗਾਉਣੇ ਸ਼ੁਰੂ ਕਰਤੇ। ਉਹ ਕਿਉਂ ਜਗਾਉਣੇ ਸ਼ੁਰੂ ਕਰਤੇ? ਕਿਉਂਕਿ ਜਿਹੜਾ ਦੇਸੀ ਘਿਓ ਆ ਉਹ ਹਾਨੀਕਾਰਕ ਗੈਸਾਂ ਨੂੰ ਸੋਖਦਾ ਆ। ਦੂਸਰਾ, ਜਦੋਂ ਉਹ ਬਲਦਾ ਉਹਦੇ ਵਿੱਚ ਕਾਲਖ ਨਹੀਂ ਪੈਦਾ ਹੁੰਦੀ। ਤੀਸਰਾ, ਉਹ ਜਦੋਂ ਉਹ ਬਲਦਾ ਆ ਤਾਂ ਉਹਦੇ ਵਿੱਚ ਇੱਕ ਬੜੀ ਮਿੱਠੀ ਮਿੱਠੀ ਸੁਗੰਧੀ ਆਉਂਦੀ ਆ ਤੇ ਵਾਤਾਵਰਨ ਨੂੰ ਸ਼ੁੱਧ ਕਰਦਾ ਆ ਤੇ ਵਾਤਾਵਰਨ ਨੂੰ ਸਾਫ਼ ਕਰਦਾ, ਜਾਣੀ ਕਿ ਉਹ ਹਾਨੀਕਾਰਕ ਗੈਸਾਂ ਨੂੰ ਸੋਖ ਲੈਂਦਾ ਆ। ਤੇ ਵੀਰੋ, ਸਮਾਂ ਚੱਲਦਾ ਗਿਆ। ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਰਵਣ ਸ਼ੁਰੂ ਹੋਇਆ, ਫਿਰ ਲਾਈਟ ਦਾ ਤੇ ਪ੍ਰਬੰਧ ਹੈ ਨਹੀਂ ਸੀ ਤੇ ਰਾਤ ਨੂੰ ਫਿਰ ਉਸ ਨੂੰ ਮੁੱਖ ਰੱਖਦਿਆਂ ਹੋਇਆ ਜਿਹੜਾ ਅਸੀਂ ਦੇਸੀ ਘਿਓ ਦਾ ਦੀਵਾ, ਜਿਹਨੂੰ ਅੱਜ ਅਸੀਂ ਜੋਤ ਕਹਿੰਦੇ ਹਾਂ, ਉਹ ਬਾਲਣਾ ਸ਼ੁਰੂ ਕੀਤਾ। ਕਿਉਂ ਕੀਤਾ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਹੜਾ ਵੀ ਸਾਡਾ ਪਾਠੀ ਸਿੰਘ ਵੀਰ ਨੇ ਬਾਣੀ ਸਰਵਣ ਕਰਨੀ ਹੁੰਦੀ ਸੀ ਤਾਂ ਉਹਦੇ ਲਈ ਵੀ ਵਾਤਾਵਰਨ ਨੂੰ, ਸ਼ੁੱਧਤਾ ਨੂੰ ਮੁੱਖ ਰੱਖ ਕੇ ਕਿ ਉਹਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ, ਤੇ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਵਾਤਾਵਰਨ ਦੂਸ਼ਿਤ ਨਾ ਹੋਵੇ, ਕਾਲਖ ਨਾ ਪੈਦਾ ਹੋਵੇ, ਤੇ ਦੇਸੀ ਘਿਓ ਦੀ ਜੋਤ ਜਗਾਉਣੀ ਸ਼ੁਰੂ ਕਰ ਦਿੱਤੀ ਕਿ ਰਾਤ ਸਮੇਂ ਜਦੋਂ ਗੁਰਬਾਣੀ ਪੜ੍ਹਨੀ ਆ ਤਾਂ ਕੋਈ ਵੀ ਦਿੱਕਤ ਨਾ ਆ ਸਕੇ ਤੇ ਨਿਰਵਿਘਨ ਗੁਰਬਾਣੀ ਪੜ੍ਹੀ ਜਾਂਦੀ ਰਹੇ। ਇਹ ਸਿਲਸਿਲਾ ਚੱਲਦਾ ਰਿਹਾ। ਉਸ ਤੋਂ ਬਾਅਦ ਜਦੋਂ ਬਿਜਲੀ ਦੀ ਖੋਜ ਹੋਈ, ਬਿਜਲੀ ਦੀ ਖੋਜ ਹੋਣ ਤੋਂ ਬਾਅਦ ਵੀ ਇਹ ਜਿਹੜੀ ਜੋਤ ਸੀ ਜਗਦੀ ਰਹੀ ਰਾਤ ਨੂੰ, ਉਹਦਾ ਕਾਰਨ ਵੀ ਇਹ ਸੀ ਕਿਉਂਕਿ ਉਸ ਸਮੇਂ ਰਾਤ ਨੂੰ ਕੋਈ ਬਿਜਲੀ ਤਾਂ ਆ ਗਈ ਲੇਕਿਨ ਬੈਟਰੀ ਵਗੈਰਾ ਨਹੀਂ ਸੀ ਹੈਗੀਆਂ ਜਾਂ ਕੋਈ ਹੋਰ ਸਾਧਨ ਨਹੀਂ ਸੀ ਜਿਹਦੇ ਨਾਲ ਰਾਤ ਨੂੰ ਲਾਈਟ ਬੰਦ ਹੋ ਜਾਵੇ ਤਾਂ ਉਹਦੇ ਦਾ ਕੋਈ ਹੱਲ ਕੱਢਿਆ ਜਾਵੇ। ਫਿਰ ਵੀ ਜੋਤ ਜਿਹੜੀ ਦੀਵਾ ਸੀ ਦੇਸੀ ਘਿਓ ਦਾ ਜਗਦਾ ਰਿਹਾ ਤਾਂ ਕਿ ਜੇਕਰ ਲਾਈਟ ਬੰਦ ਹੋ ਜਾਵੇ ਤਾਂ ਉਹਦਾ ਜਿਹੜੀ ਆ ਖਾਨਾ ਪੂਰਤੀ ਆ ਜੋਤ ਤੋਂ, ਦੀਵੇ ਤੋਂ ਰੋਸ਼ਨੀ ਨਾਲ ਕੀਤੀ ਜਾ ਸਕੇ ਤੇ ਨਾਲ ਹੀ ਵਾਤਾਵਰਨ ਸ਼ੁੱਧ ਰਹੇ। ਉਸ ਤੋਂ ਬਾਅਦ ਕੀ ਆ, ਜਦੋਂ ਸਮਾਂ ਬੀਜਦਾ ਗਿਆ ਤਾਂ ਆਪਾਂ ਇਧਰੋਂ ਧਿਆਨ ਚੁੱਕਤਾ ਕਿ ਜਿਹੜਾ ਵਾ ਇਹਦਾ ਜਿਹੜਾ ਦੇਸੀ ਘਿਓ ਦਾ ਜੋਤ ਦਾ ਸੰਬੰਧ ਆ ਸਿੱਖ ਧਰਮ ਦੇ ਵਿੱਚ, ਇਹਦਾ ਸੰਬੰਧ ਹੈ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਆ। ਤੁਸੀਂ ਇਹ ਵੀ ਪਤਾ ਕਿ ਜਦੋਂ ਕੋਈ ਮਨੁੱਖ ਮਰ ਜਾਂਦਾ ਹੈ ਸਿੱਖ ਸਮਾਜ ਦੇ ਵਿੱਚ, ਉਹਦਾ ਸੰਸਕਾਰ ਕਰਦੇ ਆ ਤਾਂ ਉਹਦੇ ਉੱਪਰ ਦੇਸੀ ਘਿਓ ਪਾਇਆ ਜਾਂਦਾ ਆਪਣੀ ਲੋੜ ਮੁਤਾਬਕ, ਕੋਈ ਅੱਧਾ ਕਿਲੋ ਕੋਈ ਕਿਲੋ ਪਾ ਦਿੰਦਾ। ਹੁਣ ਇਹ ਕਿਉਂ ਪਾਉਂਦੇ ਨੇ, ਇਹ ਵੀ ਤੁਹਾਡੇ ਵਰਗੇ ਵੀਰਾਂ ਨੂੰ ਜਾਣਦੇ ਹੋ ਵਿਚਾਰ ਹੈ ਦਿਮਾਗ ਚ, ਕਿਉਂਕਿ ਜਦੋਂ ਮਨੁੱਖ ਸਰੀਰ ਬਲਦਾ ਆ, ਕਿਉਂਕਿ ਮਨੁੱਖੀ ਸਰੀਰ ਚ ਬਹੁਤ ਲੱਖਾਂ ਕਰੋੜਾਂ ਸੈੱਲ ਨੇ, ਜਦੋਂ ਇਹ ਅੱਗ ਵਿੱਚ ਬਲਦੇ ਨੇ ਤਾਂ ਬਹੁਤ ਸਾਰੀਆਂ ਗੈਸਾਂ ਜਿਹੜੀਆਂ ਨੇ ਉਤਪੰਨ ਹੁੰਦੀਆਂ ਨੇ ਤੇ ਉਹਨਾਂ ਨੂੰ ਖਤਮ ਕਰਨ ਲਈ ਦੇਸੀ ਘਿਓ ਜਿਹੜਾ ਵਾ ਉਹ ਇੱਕ ਬਹੁਤ ਹੀ ਕਾਰਗਰ ਸਾਬਤ ਹੁੰਦਾ ਵਾਤਾਵਰਨ ਦੀ ਸ਼ੁੱਧਤਾ ਦੇ ਲਈ, ਤਾਂ ਕਿ ਵਾਤਾਵਰਨ ਜਿੰਨੀਆਂ ਵੀ ਹਾਨੀਕਾਰਕ ਗੈਸਾਂ ਗਈਆਂ ਨੇ ਉਹਨਾਂ ਨੂੰ ਦੇਸੀ ਘਿਓ ਜਿਹੜਾ ਸੋਖ ਲੈਂਦਾ ਤੇ ਖਤਮ ਕਰਨਾ ਤੇ ਵਾਤਾਵਰਨ ਨੂੰ ਸ਼ੁੱਧ ਰੱਖਦਾ। ਇੰਨੀ ਕੁ ਤੇ ਇਹਦੀ ਵੀਰਿਓ ਗੱਲਬਾਤ ਆ।
ਜੇਕਰ ਦੀਵੇ ਜੋਤ ਨੂੰ ਮੱਥਾ ਟੇਕਣਾ ਇਸ ਵਿਸ਼ੇ ਨੂੰ ਰੱਖ ਕੇ ਟੇਕਿਆ ਜਾ ਸਕਦਾ ਕਿ ਉਹਦੇ ਨਾਲ ਵਾਤਾਵਰਨ ਸ਼ੁੱਧ ਹੁੰਦਾ ਜਾਂ ਉਹਦੇ ਨਾਲ ਵਾਤਾਵਰਨ ਦੀ ਪ੍ਰਦੂਸ਼ਣ ਤਾਂ ਖਤਮ ਹੁੰਦੀ, ਇਹ ਤੇ ਇੱਕ ਚੰਗਾ ਗੱਲ ਆ, ਇੱਕ ਚੰਗੀ ਗੱਲ ਹੋ ਸਕਦੀ ਆ। ਲੇਕਿਨ ਜੇ ਕੋਈ ਉਹਨੂੰ ਕੋਈ ਗੈਬੀ ਸ਼ਕਤੀਆਂ ਨਾਲ ਜੋੜ ਕੇ ਵੇਖੇ ਕਿ ਇਹਦੇ ਨਾਲ ਕੋਈ ਮੇਰੇ ਵਹਿਮ ਭਰਮ ਦੂਰ ਹੋਣਗੇ, ਮੇਰੀ ਆਰਥਿਕਤਾ ਮਜ਼ਬੂਤ ਹੋ ਜੂਗੀ, ਉਹ ਇੱਕ ਸਿਆਣੀ ਗੱਲ ਜਿਹੜੀ ਆ ਉਹ ਨਹੀਂ ਲੱਗਦੀ। ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਕਿ ਦੇਸੀ ਘਿਓ ਲਈ ਖੜਿਆ ਕਿਉਂ ਜਾਂਦਾ ਸੀ, ਮਤਲਬ ਦੂਸਰੇ ਘਰ ਕਿਉਂ ਖੜਿਆ ਜਾਂਦਾ ਸੀ। ਉਹਦਾ ਕਾਰਨ ਵੀ ਵੀਰੇ ਇਹ ਸੀ ਕਿ ਉਦੋਂ ਗਰੀਬੀ ਬਹੁਤ ਸੀ, ਅੱਜ ਤੋਂ ਕੁਝ ਸਾਲ ਪਿੱਛੇ ਚੱਲ ਜਾਈਏ ਤੁਹਾਡੇ ਵਿੱਚੋਂ ਜਿਹੜੇ ਵਡੇਰੀ ਉਮਰ ਦੇ ਵੀਰ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਤੇ ਉਹ ਕਈਆਂ ਦੇ ਘਰ ਚ ਦੇਸੀ ਘਿਓ ਨਹੀਂ ਸੀ ਹੁੰਦਾ, ਤੇ ਜਿਹੜੇ ਰੱਜੇ ਪੁੱਜੇ ਜਾਂ ਸੌਖੇ ਲੋਕ ਹੁੰਦੇ ਸੀ ਉਹ ਲੈ ਜਾਂਦੇ ਸੀ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਜੋਤ ਜਗਣੀ ਆ, ਦੀ ਰੋਸ਼ਨੀ ਹੋਣੀ ਆ, ਇਸ ਕਰਕੇ ਉਹ ਘਿਓ ਲੈ ਜਾਂਦੇ ਸੀ, ਦੇ ਆਉਂਦੇ ਸੀ ਕਿ ਤੁਸੀਂ ਇਹਨੂੰ ਜਗਾਓ। ਵੀਰੇ ਉਹ ਗੱਲਾਂ ਤੇ ਕੁਛ ਸੁਧਾਰਨ ਦੀਆਂ ਹੀ ਜਿਹੜੀਆਂ ਸਾਡੇ ਵੱਡਿਆਂ ਨੇ ਬਹੁਤ ਵੱਡੀ ਖੋਜ ਕੀਤੀ ਸੀ, ਮਤਲਬ ਸਮੇਂ ਤੇ ਸਥਿਤੀ ਨੂੰ ਮੁੱਖ ਰੱਖ ਕੇ। ਪਰ ਮੈਨੂੰ ਇੰਜ ਲੱਗਦਾ ਕਿ ਜਿਵੇਂ ਅੱਜ ਅਸੀਂ ਵਹਿਮਾਂ ਭਰਮਾਂ ਨਾਲ ਜੁੜ ਗਏ ਆ, ਸਾਡੇ ਦਿਮਾਗ ਚ ਆ ਗਿਆ ਕਿ ਜੋਤ ਨੂੰ ਮੱਥਾ ਟੇਕਣਾ ਤਾਂ ਮਤਲਬ ਰਿਹਾ ਕਿ ਕੋਈ ਗੈਬੀ ਸ਼ਕਤੀ ਸਾਨੂੰ ਮਿਲ ਜਾਣੀ ਜਾਂ ਸਾਡੀਆਂ ਲੋੜਾਂ ਪੂਰੀਆਂ ਹੋ ਜਾਣੀਆਂ। ਇਹ ਆਪਾਂ ਨੂੰ ਸੋਚਣਾ ਪਊਗਾ ਕਿ ਆਪਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਏਡੀ ਵੱਡੀ ਆਪਾਂ ਨੂੰ ਸੋਚ ਬਖਸ਼ੀ, ਇੰਨਾ ਵਧੀਆ ਦਿੱਤਾ, ਤੇ ਆਪਾਂ ਕਿਹੜੇ ਚੱਕਰਾਂ ਚ ਪੈ ਗਏ। ਇਹ ਮੇਰਾ ਜਿਹੜਾ ਸਵਾਲ ਸੀ ਇਹ ਸਿਰਫ ਤਾਂ ਸਿਰਫ ਦੀਵਾ ਜਗਾਉਣ ਵਾਲੀ ਰੋਸ਼ਨੀ ਕਰਨ ਦੇ ਨਾਲ ਸੀ ਜੋਤ ਦਾ, ਇਹਦਾ ਹੋਰ ਕਿਸੇ ਚੀਜ਼ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ। ਇਸ ਕਰਕੇ ਰੋਸ਼ਨੀ ਨੂੰ ਤੇ ਨਤਮਸਤਕ ਹੋਇਆ ਜਾ ਸਕਦਾ ਜਿਹਨੇ ਸਾਡੇ ਦਿਮਾਗ ਵਿੱਚ ਵਹਿਮ ਭਰਮ, ਅੰਧ ਵਿਸ਼ਵਾਸ ਤੇ ਵੱਖ ਵੱਖ ਜਿਹੜੀਆਂ ਬੁਰਾਈਆਂ ਨੂੰ ਖਤਮ ਕਰਨਾ, ਉਸ ਰੋਸ਼ਨੀ ਤੋਂ ਨਤਮਸਤਕ ਹੋਣਾ ਚਾਹੀਦਾ। ਲੇਕਿਨ ਜੇ ਵਹਿਮਾਂ ਭਰਮਾਂ ਵਾਲੇ ਜਾਣਾ ਉਹ ਤੁਹਾਡੀ ਮਰਜ਼ੀ ਆ ਵੀਰਿਓ, ਤੁਸੀਂ ਕਿੰਜ ਸੋਚਦੇ ਹੋ ਕਿੰਜ ਕਰਨਾ। ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ, ਆਸ ਕਰਦਾ ਕਿ ਤੁਸੀਂ ਇਸ ਵਿਸ਼ੇ ਤੇ ਜ਼ਰੂਰ ਸੋਚੋਗੇ, ਆਪਣੇ ਆਪਣੀ ਸੋਚ ਤਰਕ ਮੁਤਾਬਕ ਹੋਰ ਇਸ ਚੀਜ਼ ਦੇ ਵਿੱਚ ਵਾਧਾ ਕਰਕੇ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਜਾਗਰੂਕ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।